ਅਸਲਾਮ ਅਲੈਕਮ ਸਿਆਸੀ ਡੇਰਾ ਤੇ ਖੁਸ਼ ਆਮਦੇਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾਹ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਏ ਤੇ ਮਿੱਠਾ ਜੀ ਵੱਡੀਆਂ ਖਬਰਾਂ ਵੱਡੇ ਤਹਿਲ ਕੇ ਲੈ ਕੇ ਮੈਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋ ਚੁੱਕਿਆ ਸਵੇਰੇ ਸਵੇਰੇ ਯਕੀਨ ਕਰੋ ਕਿ ਤੁਹਾਡਾ ਵੀ ਦਿਲ ਖੁਸ਼ ਹੋ ਜਾਏਗਾ ਸਾਡਾ ਵੀ ਦਿਲ ਖੁਸ਼ ਹੋ ਗਿਆ ਕਿ ਪਾਕਿਸਤਾਨ ਦੀ ਪਾਰਲੀਮੈਂਟ ਨੇ ਐਸੇ ਐਸੇ ਫੈਸਲੇ ਔਰ ਐਸੇ ਐਸੇ ਖੜਾ ਕੀਤੇ ਨੇ ਕਿ ਰੂ ਰਾਜ਼ੀ ਜਿਹੜਾ ਇਹ ਮੁੰਡਿਆਂ ਨੇ ਕਰ ਦਿੱਤਾ ਹੈ ਪਾਰਲੀਮੈਂਟ ਦੇ ਵਿੱਚ ਜਿਹੜੇ ਮੌਜੂਦ ਨੇ ਰੂ ਰਾਜ਼ੀ ਕਰ ਦਿੱਤਾ ਸ਼ਬਾਸ਼ ਸ਼ਰੀਫ ਸਾਹਿਬ ਨੇ ਬਲਾਵਲ ਸਾਹਿਬ ਨੇ ਸਪੀਕਰ ਯਾਦ 사ਦਕ ਔਰ ਜਿੰਨੇ ਵੀ ਮਿੱਠੇ ਔਰ ਮਿੱਠਿਆ ਪਾਰਲੀਮੈਂਟ ਦੇ ਵਿੱਚ ਮੌਜੂਦ ਨੇ ਯਕੀਨ ਕਰੋ ਕਿ ਮੇਲਾ ਜਿਹੜਾ ਉਹ ਲੁੱਟ ਲਿਆ ਔਰ ਇਹ ਮੇਲਾ ਜਿਹੜਾ ਲੁੱਟਿਆ ਇਹ ਪੂਰੇ ਪਾਕਿਸਤਾਨ ਦੀ ਆਵਾਮ ਜਿਹੜੀ ਹੈ ਉਹਨਾਂ ਦੀ ਤਰਜਮਾਨੀ ਕੀਤੀ ਹੈ ਕਿਉਂਕਿ ਪਾਰਲੀਮੈਂਟ ਜਿਹੜੀ ਹੈ ਉਹ ਸੁਪਰੀਮ ਹੈ ਪਾਰਲੀਮੈਂਟ ਜਿਹੜੀ ਹੈ ਉਹ ਮਾਂ ਹੈ ਤੇ ਆਪਣੀ ਕੌਮ ਜਿਹੜੀ ਹੈ ਉਹਦੀ ਤਰਜਮਾਨੀ ਪਾਰਲੀਮੈਂਟ ਨੇ ਕੀਤੀ ਹੈ ਬਹੁਤ ਵੱਡਾ ਖੜਾਕ ਤੇ ਬਹੁਤ ਵੱਡਾ ਰੌਲਾ ਲੈ ਕੇ ਮੈਂ ਤੁਹਾਡੀ ਖidmat ਦੇ ਵਿੱਚ ਹਾਜ਼ਰ ਹੋਇਆ ਤੋਤੇ ਉੱਡ ਗਏ ਨੇ ਤੇ ਪਤਾ ਨਹੀਂ ਕੀ ਕੀ ਉੜਦਾ ਪਿਆ ਹਾਲਾਤ ਬਹੁਤ ਖਰਾਬ ਹੋ ਚੁੱਕੇ ਅਡੇ ਵਾਲਾ ਜੇਲ੍ਹ ਦੇ ਵਿੱਚ ਕਿਉਂਕਿ ਪਾਰਲੀਮੈਂਟ ਨੇ ਕਰ ਦਿੱਤਾ ਖੜਾਕ ਅੱਛਾ ਜੀ ਇਸ ਤੋਂ ਪਹਿਲੇ ਅਸੀਂ ਅੱਗੇ ਚਲੀਏ ਚੈਨਲ ਨੂੰ ਸਬਸਕ੍ਰਾਈਬ ਕਰੋ ਔਰਗਾਂਵੀਆਂ ਨੂੰ ਤੁਸੀਂ ਕਮਾਇਆ ਕਰੋ ਜਿੰਨਾ ਜ਼ਿਆਦਾ ਟੋਰ ਸਕਦੇ ਹੋ ਪਾਰਲੀਮੈਂਟ ਨੇ ਖੜਾਕ ਕਰ ਦਿੱਤਾ ਇਮਰਾਨ ਖਾਨ 25 ਸਾਲ ਹਸਤੇ ਅੰਦਰ ਪੀਰਨੀ ਅਦਾਲਤ ਦੇ ਵਿੱਚ ਲੇਟ ਗਏ ਲੇਟ ਗਈ ਜਿਵੇਂ ਪਿੰਨਾ ਥਾਵਾਂ ਤੇ ਜਦੋਂ ਅਸੀਂ ਮੱਝਾਂ ਚੁਰਾਂਦੇ ਹੁੰਦੇ ਸੀ ਨਾ ਮਾਲ ਚ ਚਗਾਂਦੇ ਸੀ ਮੱਝਾਂ ਚਗਾਂਦੇ ਸੀ ਤੇ ਛੱਪੜ ਦੇ ਵਿੱਚ ਜਾ ਕੇ ਨਵਾਇਦੀਆਂ ਸਨ ਤੇ ਮੱਝਾਂ ਫਿਰ ਉੱਥੇ ਲੇਟਨੀਆਂ ਲੈਂਦੀਆਂ ਸੀ ਛੱਪੜ ਦੇ ਵਿੱਚ ਤੇ ਇਹ ਪੀਰਨੀ ਜਿਹੜੀ ਆ ਇਹ ਅਦਾਲਤ ਦੇ ਵਿੱਚ ਲੇਟ ਗਈ ਹੈ ਅਦਾਲਤ ਨੂੰ ਛੱਪੜ ਸਮਝ ਲਿਆ ਸੀ ਇਹ ਕੀ ਮਾਮਲਾ ਇਹ ਦੱਸਨੇ ਆ ਅੱਛਾ ਮਰੀਮ ਨਵਾਜ਼ ਸ਼ਰੀਫ ਸਾਹਿਬਾ ਬਿਮਾਰ ਤੇ ਹਸਪਤਾਲ ਦਾਖਲ ਇਹ ਕੀ ਮਾਮਲਾ ਇਹ ਵੀ ਅਸੀਂ ਤੁਹਾਡੇ ਸਾਹਮਣੇ ਰੱਖਨੇ ਆ ਚਲੋ ਸਭ ਤੋਂ ਪਹਿਲੇ ਵੱਡੀ ਖਬਰ ਤੇ ਆ ਪਾਰਲੀਮੈਂਟ ਨੇ ਖੜਾਕ ਕਰ ਦਿੱਤਾ ਪਾਰਲੀਮੈਂਟ ਨੇ ਫਿਤਨਾ ਅਮਰਾਨੀਆਂ ਨੂੰ ਹਮੇਸ਼ਾ ਹਮੇਸ਼ਾ ਇਸ ਤੇ ਖਤਮ ਕਰਨ ਦਾ ਖਤਮ ਕਰ ਦਿੱਤਾ ਐ ਔਰ ਅਡਿਆਲਾ ਜੇਲ ਦੇ ਵਿੱਚੋਂ ਅਜੀਬੋ ਗਰੀਬ ਕਿਸਮ ਦੀਆਂ ਆਵਾਜ਼ਾਂ ਔਰ ਹਸਾਬ ਕਿਤਾਬ ਜਿਹੜਾ ਉਹ ਨਿਕਲਦਾ ਪਿਆ ਕੱਲ ਪਾਰਲੀਮੈਂਟ ਆਫ ਪਾਕਿਸਤਾਨ ਨੇ ਨਵੇਂ ਬਿੱਲ ਜਿਹੜੇ ਨੇ ਉਹ ਮਨਜ਼ੂਰ ਕੀਤੇ ਨੇ ਨਵੇਂ ਐਕਟ ਪਾਸ ਕੀਤੇ ਨੇ ਨਵੇਂ ਕਾਨੂੰਨ ਜਿਹੜੇ ਨੇ ਉਹ ਪਾਸ ਕੀਤੇ ਨੇ ਸਾਦਾ ਲਫ਼ਜ਼ਾਂ ਦੇ ਵਿੱਚ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਔਰ ਇਹ ਜਿਹੜੇ ਕਾਨੂੰਨ ਨੇ ਇਹ ਐਕਟ ਨੇ ਇਹ Imran Khan ਔਰ ਸਾਥੀਆਂ ਦਾ ਪ੍ਰੋਗਰਾਮ ਜਿਹੜਾ ਹੈ ਉਹਨਾਂ ਨੇ ਹਮੇਸ਼ਾ ਹਮੇਸ਼ਾ ਆਸਤੇ ਵਾਰ ਦਿੱਤਾ ਤੁਸੀਂ ਸਾਰੇ ਹੀ ਸਾਡੇ ਅੱਗੇ ਬੜਾ ਸਵਾਲ ਕਰਦੇ ਹੋ ਜੀ ਕਦੋਂ ਤੱਕ ਇਹ ਫਿਤਨਾ ਜਿਹੜਾ ਇਹ ਖਤਮ ਹੋ ਜਾਏਗਾ ਔਰ ਮੈਂ ਹਮੇਸ਼ਾ ਤੁਹਾਨੂੰ ਮੇਰੇ ਖਿਆਲ ਨਾਲ ਪਹਿਲਾ ਔਰ ਆਖਰੀ ਬੰਦਾ ਜਿਹੜਾ ਮੈਂ ਤੁਹਾਨੂੰ ਤਸੱਲੀ ਦੇ ਕੇ ਰੱਖੀ ਸੀ ਕਿ ਖਤਮ ਹੋਏਗਾ ਵਾਇਰਸ ਵੀ ਖਤਮ ਹੋਏਗਾ ਫਿਤਨਾ ਵੀ ਖਤਮ ਹੋਏਗਾ ਯੂਥੀਆ ਵੀ ਖਤਮ ਹੋਏਗਾ ਪਾਕਿਸਤਾਨ ਤਰੱਕੀ ਵੀ ਕਰੇਗਾ ਪਾਕਿਸਤਾਨ ਅੱਗੇ ਵੀ ਵਧੇਗਾ ਪਾਕਿਸਤਾਨ ਦੁਨੀਆ ਦੇ ਵਿੱਚ ਉਹਦਾ ਮਕਾਮ ਵੀ ਹੋਏਗਾ ਨਾਮ ਵੀ ਹੋਏਗਾ ਅਲhamdulillah ਔਰ ਉਸ ਪਾਸੇ ਹੀ ਮੈਂ ਤੁਹਾਨੂੰ ਲੈ ਕੇ ਜਾ ਰਿਹਾ ਅਸੀਂ ਕਦੀ ਵੀ ਤੁਹਾਨੂੰ ਕੋਈ ਐਸੀ ਮੰਨਫੀ ਚੀਜ਼ ਨਹੀਂ ਦੱਸੀ ਜਿਹੜੀ ਕਿ ਲੋਕੀ ਦੱਸ ਕੇ ਤੇ ਵਿਊ ਹਾਸਲ ਕਰਦੇ ਨੇ ਤੇ ਇਹ ਕਰਦੇ ਨੇ ਤੇ ਉਹ ਕਰਦੇ ਨੇ ਨਹੀਂ ਜੋ ਅਸਲ ਹੈ ਉਹ ਤੁਹਾਡੇ ਤੱਕ ਪਹੁੰਚਾਈਦਾ ਏ ਹੁਣ ਸਰਕਾਰ ਐ ਪਾਰਲੀਮੈਂਟ ਨੇ ਜਿਹੜਾ ਸਭ ਤੋਂ ਵੱਡਾ ਖੜਾਕ ਕੀਤਾ ਹੈ ਜਰਾ ਹੁਣ ਧਿਆਨ ਸੁਣੋ ਕੱਲ ਮੈਂ ਤੁਹਾਨੂੰ ਇਹਦੇ ਬਾਰੇ ਹਲਕਾ ਜਿਹਾ ਇੱਕ ਦਿੱਤਾ ਸੀ ਟੋਟਕਾ ਐ ਪਾਰਲੀਮੈਂਟ ਨੇ ਜਨਾਬੇ ਅਲੀ ਚੀਫ ਜਿਹੜੇ ਨੇ ਸਰਵਿਸਿਸ ਚੀਫ ਉਹਨਾਂ ਦੀ ਮੁੱਦਤ ਤੇ ਮੁਲਾਜ਼ਮਤ ਜਿਹੜੀ ਹੈ ਉਹ 3 ਸਾਲ ਤੋਂ ਵਧਾ ਕੇ 5 ਸਾਲ ਕਰ ਦਿੱਤੀ ਹੈ ਇਹ ਹੁਣ ਸਰਵਿਸਿਸ ਚੀਫ ਕੌਣ ਨੇ ਯਾਨੀ ਕਿ ਐ ਨੇਵੀ ਦੇ ਚੀਫ 에ਅਰ ਫੋਰਸ ਦੇ ਚੀਫ ਤੇ ਆਰਮੀ ਚੀਫ ਠੀਕ ਹੋ ਗਿਆ ਜੀ ਇਹ ਜਿਹੜੇ ਤਰ੍ਹਾਂ ਦੇ ਵੱਡੇ ਚੀਫ ਇਹਨਾਂ ਦੇ ਮੁੱਦਤ ਮੁਲਾਜ਼ਮਤ ਅੱਗੇ 3 ਸਾਲ ਹੁੰਦੀ ਸੀ ਤੇ ਪਾਰਲੀਮੈਂਟ ਨੇ ਉਹ 3 ਸਾਲ ਤੋਂ ਵਧਾ ਕੇ 5 ਸਾਲ ਕਰ ਦਿੱਤੀ ਹੈ ਮਤਲਬ ਕਿ ਕਿ ਸਾਡੇ ਮਿੱਠੇ ਪਿਆਰੇ ਆਰਮੀ ਚੀਫ ਸਾਹਿਬ ਹਾਫਿਜ਼ ਸਾਹਿਬ ਨਵੰਬਰ 2027 ਤੱਕ ਪਾਕਿਸਤਾਨ ਦੇ ਆਰਮੀ ਚੀਫ ਰਹਿਣਗੇ ਠੀਕ ਹੈ ਔਰ ਇਹ ਖਬਰ ਇੱਕ ਐਸਾ ਵਾਰ ਹੈ ਯੁੱਥੀਆਂ ਤੇ ਔਰ ਉਹਨਾਂ ਦੇ ਸਹੂਲਤਕਾਰਾਂ ਤੇ ਕਿ ਇਹ ਅਗਲੇ ਕਈ ਹਫ਼ਤੇ ਇਹ ਯੁੱਥੀ ਅਤੇ ਉਹਨਾਂ ਦੇ ਸਹਾਉਤਕਾਰ ਬਿਸਤਰਿਆਂ ਦੇ ਉੱਤੋਂ ਉੱਠ ਕੇ ਬਹਿ ਨਹੀਂ ਸਕਣਗੇ ਵਿੱਚ ਹੀ ਲੇਟੇ ਰਜ਼ਾਈਆਂ ਦੇ ਵਿੱਚ ਲਟਣੀਆਂ ਜਿਹੜੀਆਂ ਇਹ ਲੈਦੇ ਰਹਿਣਗੇ। ਔਰ ਇਹ ਆਵਾਮ ਦੀ ਇਹ ਮੈਸਮੀਨਾ ਕਿ ਖਾਸ਼ ਵੀ ਸੀ। ਔਰ ਆਵਾਮ ਜਿਹੜਾ ਸਾਨੂੰ ਫੀਡਬੈਕ ਦਿੰਦੀ ਏ ਉਹਦੇ ਚ ਜ਼ਿਆਦਾਤਰ ਇਹ ਲੋਕੀ ਇਹੀ ਕਹਿੰਦੇ ਸੀ ਕਿ ਹਾਫਿਜ਼ ਸਾਹਿਬ ਨੂੰ ਮਜ਼ੀਦ ਰਹਿਣਾ ਚਾਹੀਦਾ ਕਿਉਂਕਿ ਇਹੀ ਇਹ ਮਕੂਠ ਠੱਪ ਸਕਦੇ ਨੇ ਔਰ ਅਸੀਂ ਕਹਿੰਦੇ ਸੀ ਇਹਦੇ ਵਿੱਚ ਕੋਈ ਕੋਈ ਸ਼ੱਕ ਵਾਲੀ ਗੱਲ ਹੀ ਨਹੀਂ ਆ। ਇਹ ਵਕਤ ਦੀ ਜ਼ਰੂਰਤ ਹੈ ਪਾਕਿਸਤਾਨ اور ਚైనా ਦਾ ਸੀਪੈਕ 2 ਡੈਸ਼ ਗਰਦੀ ਦਾ ਖਾਤਮਾ ਕੇਪੀਕੇ ਦੇ ਵਿੱਚ ਤਲਬਾਨਾਂ ਦਾ ਖਾਤਮਾ ਪਾਕਿਸਤਾਨ ਦੇ ਵਿੱਚੋਂ ਫਿਤਨਾ ইমরਾਨੀਆਂ ਦਾ ਖਾਤਮਾ ਮੁਲਕ ਦੇ ਵਿੱਚ ਅਮਨ ਸਕੂਨ ਤਰੱਕੀ ਖੁਸ਼ਹਾਲੀ ਆਸਤੇ ਇਹ ਫੈਸਲਾ ਬਹੁਤ ਵੱਡਾ ਫੈਸਲਾ ਹੈ ਇਹ ਫੈਸਲਾ ਪਾਕਿਸਤਾਨ ਦੀ ਤਰੱਕੀ ਦੀ ਜ਼ਮਾਨਤ ਹੈ ਇਹ ਇਹ ਤੁਸੀਂ ਲਿਖ ਲਓ ਦੀਵਾਰ ਦੇ ਉੱਤੇ ਤੇ ਇਹ ਹਾਫਿਜ਼ ਸਾਹਿਬ ਨੂੰ ਅਸੀਂ ਜਨਾਬ ਮੁਬਾਰਕਬਾਦ ਪੇਸ਼ ਕਰਨੇ ਆਂ ਔਰ ਪਾਰਲੀਮੈਂਟ ਆਫ ਪਾਕਿਸਤਾਨ ਨੂੰ ਅਸੀਂ ਸਲਾਮ ਪੇਸ਼ ਕਰਨੇ ਆ ਕਿ ਤੁਸੀਂ ਐਨ ਆਵਾਮ ਦੀ ਉਮੰਗਾਂ ਦੇ ਮੁਤਾਬਕ ਇਹ ਫੈਸਲਾ ਜਿਹੜਾ ਇਹ ਕੀਤਾ ਹੈ ਠੀਕ ਹੋ ਗਿਆ ਦੂਜਾ ਖਰਾਕ ਦੂਜਾ ਖਰਾਕ ਇਹ ਪਾਰਲੀਮੈਂਟ ਨੇ ਕੀਤਾ ਸੁਪਰੀਮ ਕੋਰਟ ਦੇ ਜੱਜਾਂ ਦੀ ਤਦਾਦ 16 ਤੋਂ ਵਧਾ ਕੇ 34 ਕਰ ਦਿੱਤੀ 16 ਤੋਂ ਵਧਾ ਕੇ 34 ਕਰ ਦਿੱਤੀ ਆ ਡਬਲ ਡਬਲ ਤੋਂ ਵੀ ਹੁਦਾ ਅੱਛਾ ਇਹ ਹੁਣ ਸਰਕਾਰ ਇਹਦੇ ਵਿੱਚ ਇਹ ਵੇ ਕਿ ਹੁਣ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਇਮਰਾਨੀ ਵਾਰਿਸ ਉਹ ਵੀ ਹਮੇਸ਼ਾ ਹਮੇਸ਼ਾ ਹਸਤੇ ਖਤਮ ਹੋ ਜਾਏਗਾ ਐ ਔਰ ਜਿਹੜੇ ਕਾਲੇ ਭੂੰਡ ਨੇ ਉਹਨਾਂ ਨੂੰ ਚਿਟਿਆ ਹੋਣਾ ਪਏਗਾ ਜਾਂ ਕਾਲੇ ਭੂੰਡ ਜਿਹੜਾ ਉਹ ਅਸਤੀਫਾ ਦੇ ਕੇ ਨਸ-ਨਸ ਜਾਣਗੇ ਇਹ ਵੀ ਮੈਂ ਤੁਹਾਨੂੰ ਨਾਲ ਤੁਹਾਨੂੰ ਦੱਸ ਦਿਆਂ ਕਿਉਂਕਿ 34 ਹਣ ਤਦਾਦ ਹੋ ਜਾਣੀ ਹੈ ਤੇ 34 ਮਤਲਬ ਕਿ 18 ਨਵੇਂ ਆਣੇ ਨੇ 16 ਪਹਿਲੇ ਨੇ 18 ਤੋਂ ਨਵੇਂ ਆਣੇ ਨੇ ਤੇ ਜ਼ਹਿਰੀ ਗੱਲ ਇਹ ਉਹ ਜਿਹੜੇ 18 ਹੋਣੇ ਨੇ ਉਹ ਸਾਰੇ ਦੇ ਸਾਰੇ ਆ인다ਰ ਹੋਣੇ ਨੇ ਮੁਹੱਬਤ ਵਤਨ ਹੋਣੇ ਨੇ ਪਾਕਿਸਤਾਨੀ ਹੋਣੇ ਨੇ ਉਹਨਾਂ ਦੇ ਵਿੱਚੋਂ ਕੋਈ ਕਾਲਾ ਭੂੰਡ ਨਹੀਂ ਹੋਏਗਾ ਇਹ ਮੈਂ ਤੁਹਾਨੂੰ ਦੱਸ ਦਿਆਂ ਤੇ ਇਹ جناب ਸੁਪਰੀਮ ਕੋਰਟ ਚੋਂ ਵੀ ਇਹ ਗੰਦਾ ਵਾਇਰਸ ਜਿਹੜਾ ਇਹ ਸਾਫ ਅੱਗੇ ਤੀਜਾ ਖੜਾਕ ਆਜੋ اسلام آباد ਹਾਈ ਕੋਰਟ ਦੇ ਜੱਜਾਂ ਦੀ ਤਦਾਦ 12 ਕਰ ਦਿੱਤੀ ਗਈ ਅੱਗੇ ਮੇਰੇ ਖਿਆਲ ਨਾਲ ਉੱਥੇ ਤਦਾਦ 7 ਤੇ ਇਹ 12 ਕਰ ਦਿੱਤੀ ਗਈ ਹੈ ਸਰਕਾਰ ਤੇ ਉਥੋਂ ਵੀ ਇਹ ਕਾਲਾ ਵਾਇਰਸ ਜਿਹੜਾ ਕਾਲਾ ਪੂੰਡ ਵਾਇਰਸ ਜਿਹੜਾ ਇਹ ਵੀ ਖਤਮ ਕਰ ਦਿੱਤਾ ਗਿਆ ਹੈ ਇਹਦੀ ਵੀ ਅਸੀਂ ਬੜੀ ਬੜੀ ਮੁਬਾਰਕਬਾਦ ਪੇਸ਼ ਕਰਨੇ ਆ ਇਹ ਇਹਨਾਂ ਸਰਕਾਰ ਚੀਫ ਜਿਹੜੇ ਨੇ ਉਹਨਾਂ ਦੀ ਮੁੱਦਤ ਵਧ ਗਈਆਂ ਐਮ ਸੁਪਰੀਮ ਕੋਰਟ ਚੌਥੀ ਜੱਜ ਆ ਗਏ ਬਹੁਤ ਵੱਡਾ ਫੈਸਲਾ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ 70000 ਦੇ ਕਰੀਬ ਕੇਸ ਸਿਰਫ ਸੁਪਰੀਮ ਕੋਰਟ ਵਿੱਚ ਪੈਂਡਿੰਗ ਨੇ ਤੇ ਇਹ ਜਦੋਂ ਜੱਜ ਆਣਗੇ ਤੇ ਅੰਜ ਤੜਾ ਤੜਾ ਫੈਸਲੇ ਕਰਨ ਦੇ ਤੇ ਆਵਾਮ ਨੂੰ ਜਲਦ ਅਜਲਦ ਇਨਸਾਫ ਮਿਲੇਗਾ ਰਿਲੀਫ ਮਿਲੇਗਾ ਕੇਸ ਖਤਮ ਹੋਣਗੇ ਤੇ ਪ੍ਰੈਸ਼ਰ ਜਿਹੜਾ ਉਹ ਘਟੇਗਾ ਔਰ ਪਾਕਿਸਤਾਨ ਦੇ ਅਦਾਲਤੀ ਨਿਜ਼ਾਮ ਜਿਹੜਾ ਉਹਦੀ ਰੈਂਕਿੰਗ ਜਿਹੜੀ ਹੈ ਉਹਦੇ 'ਚ ਵੀ ਅਜ਼ਾਫਾ ਹੋਏਗਾ ਅੱਛੇ ਵਾਲਾ ਅਜ਼ਾਫਾ ਜਿਹੜਾ ਉਹ ਹੋਏਗਾ ਠੀਕ ਹੋ ਗਿਆ ਇਹ ਹੁਣ ਗੱਲ ਜਿਹੜੀ ਇਹ ਵਾਜ਼ਿਹਾ ਹੋ ਜਾਣੀ ਚਾਹੀਦੀ ਇੱਕ ਪਾਕਿਸਤਾਨ ਸਿਰਫ ਔਰ ਸਿਰਫ ਅੱਗੇ ਵਧਣਾ ਹੈ ਪਾਕਿਸਤਾਨ ਨੇ ਤਰੱਕੀ ਕਰਨੀ ਹੈ ਔਰ ਤਰੱਕੀ ਦੀ ਤਰਫ ਹੀ ਜਾ ਸਕਦਾ ਹੈ ਕੋਈ ਪਿੱਛੇ ਮੁੜਨ ਦਾ ਚਾਂਸ ਨਹੀਂ ਕੋਈ ਧਰਨਾ ਕੋਈ ਮਾਰਚ ਕੋਈ ਅਫਰਾ ਤਫਰੀਕ ਕੋਈ ਕੋਈ ਇحتਜਾਜ ਕੋਈ ਐਸੀ ਚੀਜ਼ ਜਿਹੜੀ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਰਿਆਸਤ ਦਾ ਡੰਡਾ ਚੱਲੇਗਾ ਔਰ ਸਿਰਫ ਔਰ ਸਿਰਫ ਤਰੱਕੀ ਹੋਏਗੀ ਅੱਗੇ ਜਨਾਬ ਤੁਸੀਂ ਆਓ Imran Khan 25 ਸਾਲ ਆਸਤੇ ਅੰਦਰ ਇਹ ਜਨਾਬ ਪਾਰਲੀਮੈਂਟ ਨੇ ਜਿਹੜਾ ਖੜਾਕ ਕੀਤਾ ਹਫਤ ਸਾਹਿਬ ਨੂੰ 2 ਸਾਲ ਮਜ਼ੀਦ ਜਿਹੜੇ ਉਹ ਮਿਲ ਗਏ 5 ਸਾਲ ਉਹਨਾਂ ਆਰਮੀ ਚੀਫ ਸਾਹਿਬ ਰਹਣਗੇ ਤੇ ਇਹ ਔਰ ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਸਾਰਾ ਖਾਤਾ ਦੱਸਿਆ ਇਹਨਾਂ ਖਾਨ ਸਾਹਿਬ ਜਿਹੜੇ ਨੇ ਇਹਨਾਂ ਨੂੰ 5 ਸਾਲ ਆਸਤੇ ਅੰਦਰ ਸਮਝੋ ਉਹਦੀਆਂ ਹੁਣ ਕਈ ਵਿਜੁਹਾਤ ਨੇ ਜਿਹੜਾ ਮੈਂ ਦੱਸ ਰਿਹਾ ਉਹਦੇ ਵਿੱਚ ਇਹ ਵੇਖ ਜਿਹੜੀ ਸਹੂਲਤਕਾਰੀ ਸਾਰੀ ਉਹ ਖਤਮ ਹੋਣ ਜਾ ਰਹੀ ਲਾਡ ਪਿਆਰ ਜਿਹੜੇ ਨੇ ਉਹ ਖਤਮ ਹੋਣ ਜਾ ਰਹੇ ਨੇ ਇਹ ਸਾਰਾ ਖਾਤਾ ਜਿਹੜਾ ਖੁੱਲ ਗਿਆ ਪਾਰਲੀਮੈਂਟ ਨੇ ਜਿਹੜੇ ਖੜਾਕ ਕੀਤੇ ਨੇ ਔਰ ਉਸ ਤੋਂ ਬਾਅਦ ਇਹ ਅਗਰ ਤੇ ਇਹ ਖਾਨ ਸਾਹਿਬ ਨੂੰ ਇਸ ਮਹੀਨੇ ਦੇ ਵਿੱਚ ਆਪਣਾ ਫੌਜੀ ਅਦਾਲਤ ਵਾਲੇ ਪੈਸੇ ਅਸੀਂ ਲੈ ਜਾਣੇ ਆ ਤੇ ਫਿਰ ਤੁਸੀਂ ਸਮਝੋ ਕਿ 15 ਤੋਂ 25 ਸਾਲ ਖਾਨ ਸਾਹਿਬ ਬਾਹਰ ਨਹੀਂ ਆ ਸਕਦੇ 15 ਤੋਂ 25 ਸਾਲ ਜਿਹੜੇ ਨੇ ਉਹ ਬਾਹਰ ਨਹੀਂ ਆ ਸਕਦੇ ਕਿਉਂਕਿ ਫੈਜ਼ ਮੀਦ ਨੂੰ ਜਦੋਂ ਹੋਣੀ ਹੈ ਇਸ ਰਾਹ ਜ਼ੈਰੀ ਗੱਲ ਤੇ ਫੈਜ਼ ਮੀਦ ਨੂੰ ਵੀ ਐਵੇਂ ਕੁਝ ਮਹੀਨਾ 2 ਮਹੀਨੇ ਥੋੜੀ ਹੋਣੀ ਹੈ ਘੱਟ ਤੋਂ ਘੱਟ 10 ਸਾਲ ਤੇ ਹੋਏਗੀ ਨਾ 10 ਤੋਂ 15 ਸਾਲ ਤੇ ਜੇ ਫੈਜ਼ ਮੀਦ ਨੂੰ 10 ਤੋਂ 15 ਸਾਲ ਹੋਣੀ ਹੈ ਤੇ ਹਾਂ ਸਾਹਿਬ ਦੇ ਜੁਰਾਇਮ ਤੇ ਉਹਦੇ ਨਾਲੋਂ 100 ਗੁਣਾ ਜ਼ਿਆਦਾ ਹੋਣਗੇ ਨਾ ਠੀਕ ਹੈ ਨਾ ਜੀ ਚਲੋ ਉਹਨੇ ਤੇ ਆਰਮੀ ਦੇ ਖਾਤੇ ਦੀ ਜਿਹੜੀ ਆ ਕਾਨੂੰਨ ਆ ਉਹਦੇ ਖਿਲਾਫ ਵਰਜ਼ੀ ਕੀਤੀ ਗੈਂਗ ਬਣਾਏ ਡਕੈਤੀਆਂ ਕੀਤੀਆਂ ਚੋਰੀਆਂ ਕੀਤੀਆਂ ਔਰ ਆਪਣੀ ਫੌਜ ਦੇ ਖਿਲਾਫ Imran Khan ਦੀ ਸਹੂਲਤਕਾਰੀ ਕੀਤੀ ਤੇ Imran Khan ਤੇ ਉਹ ਬੰਦਾ ਜਿਹਨੇ ਫੌਜ ਤੇ ਹਮਲਾ ਕੀਤਾ ਬੇਸ਼ੱਕ ਉਹ ਉਹਦੀ ਸਹੂਲਤਕਾਰੀ ਦੇ ਨਾਲ ਹੀ ਕੀਤਾ ਲੇਕਿਨ ਮੇਨ ਤੇ ਇਹ ਸੀ ਉਹ ਤੇ ਸਹੂਲਤਕਾਰ ਸੀ ਤੇ ਉਹ ਅਗਰ ਉਹਨੂੰ ਅਗਰ 10-15 ਸਾਲ ਆਸਤੇ ਉਹ ਬਜਦਾ ਇਹ 25 ਸਾਲ ਜਿਹੜੀ ਇਹ ਖਾਨ ਸਾਹਿਬ ਆਪਣੇ ਦੀਵਾਰ ਦੇ ਉੱਤੇ ਯੂਥ ਇਹ ਸਾਰੇ ਲਿਖ ਲੈਣ ਜਿਹੜੇ ਤੁਸੀਂ ਆ ਮੁਜ਼ਾਹਰ ਮਜ਼ੂਰੇ ਕਰਦੇ ਫਿਰਦੇ ਹੋ ਨਾ ਕਦੀ ਲੰਡਨ ਦੇ ਵਿੱਚ 2-400 ਅਫਗਾਨੀ ਇਕੱਠਾ ਕਰਕੇ ਕਦੀ ਬਾਰਸਲੋਨਾ ਚ 2-400 ਅਫਗਾਨੀ ਔਰ 2-400 ਬੰਗਾਲੀ ਇਕੱਠਾ ਕਰਕੇ ਜੀ ਇਹ ਐਨਜੀਓ ਕਿਤੇ ਇਹ ਨਹੀਂ ਇੱਥੇ ਹਾਫਿਜ਼ ਨਹੀਂ ਜਾ ਰਿਹਾ ਹਾਫਿਜ਼ ਨੂੰ ਦੋ ਸਾਲ ਹੋਰ ਲੱਗ ਗਏ ਨੇ ਤੇ ਹਾਫਿਜ਼ ਕਹਿੰਦਾ ਮੈਂ ਇਹ ਸਾਰਾ ਚੂਰਨ ਜਿਹੜਾ ਹੈ ਖਤਮ ਕਰਕੇ ਜਾਣਾ ਮਤਲਬ ਹਾਫਜ਼ ਸਾਹਿਬ ਕਹਿੰਦੇ ਨੇ ਕਿ ਮੈਂ ਇੱਕ ਖਾਤਾ ਹੀ ਗੋਲ ਕਰਕੇ ਜਾਣਾ ਮੈਂ ਹਾਫਜ਼ ਸਾਹਿਬ ਕਹਿੰਦੇ ਨੇ ਮੈਂ ਸੁਰਾਖ ਬੰਦ ਕਰਕੇ ਜਾਣਾ ਹਾਫਜ਼ ਸਾਹਿਬ ਨੇ ਸੁਰਾਖ ਹੀ ਬੰਦ ਕਰ ਦੇਣਾ ਜਿੱਥੋਂ ਇਹ ਖਾਤਾ ਨਿਕਲਦਾ ਠੀਕ ਹੋ ਗਿਆ ਨਾ ਜੀ ਤੇ 25 ਸਾਲ ਐ ਖਾਨ ਸਾਹਿਬ ਜਿਹੜੇ ਨੇ ਉਹ ਸਾਨੂੰ ਅਗਰ ਇਹ ਸਦਾਦੇ دہشت گردੀ ਦੇ ਵਿੱਚ ਵੀ ਇਹਦੇ ਮੁਕਦਮੇ ਚੱਲਦੇ ਨੇ ਤੇ 25 ਸਾਲ ਤੋਂ ਥੱਲੇ ਸਦਾ ਮਮਕਨ ਹੀ ਨਹੀਂ ਹੈ ਮਤਲਬ ਦੇਖੋ ਨਾ ਉਹ ਪਾਕਿਸਤਾਨ ਦੇ ਆئین ਦੇ ਵਿੱਚ ਬਗਾਵਤ ਦੀ ਸਜ਼ਾ ਜਿਹੜੀ ਆ ਮੌਤ ਹੈ ਇਹਨੇ ਬਗਾਵਤ ਕੀਤੀ ਪਾਕਿਸਤਾਨ ਨਾਲ ਪਾਕਿਸਤਾਨ ਦੀ ਫੌਜ ਤੇ ਹਮਲਾ ਕਰਨਾ ਬਗਾਵਤ ਹੀ ਹੈ ਤੇ ਅਗਰ ਇਹਨਸਾਦਾਦੇ ਦਹਿਸ਼ਤਗਰਦੀ ਦੀ ਅਦਾਲਤ ਦੇ ਵਿੱਚ ਚਲਦਾ ਤੇ 25 ਅਗਰ ਸਜ਼ਾ ਮੌਤ ਤੇ ਚਲੋ ਮੈਂ ਮੈਂ ਵੀ ਨਹੀਂ ਉਹਦੇ ਆਕੇ ਚ 25 ਸਾਲ ਤੇ ਜਾਂ ਸਜ਼ਾ ਮੌਤ ਤੇ ਅਸੀਂ 25 ਸਾਲ ਤੇ ਅਸੀਂ ਟਿਕਣਾ ਦੂਜੇ ਪਾਸੇ ਅਸੀਂ ਜਾਂਦੇ ਹੀ ਨਹੀਂ ਅਗਰ ਤੇ ਇਹ ਸਿਵਲ ਅਦਾਲਤ ਦੇ ਵਿੱਚੋਂ ਇਹਨੂੰ ਮਿਲਦੀ ਸਜ਼ਾ ਤੇ 25 ਸਾਲ ਮਿਲੇਗੀ ਘੱਟ ਤੋਂ ਘੱਟ ਤੇ ਜੇ ਫੌਜੀ ਅਦਾਲਤ ਤੇ ਜਾਏਗਾ ਤੇ ਉੱਥੇ ਫਿਰ ਹੋ ਸਕਦਾ 15 ਸਾਲ ਤੇ ਵੀ ਗੱਲ ਮੁੱਕ ਜਾ ਠੀਕ ਹੈ ਨਾ ਤੇ 25 ਸਾਲ ਇਹ ਸਮਝੋ ਕਿ ਇਹ ਵੱਜਾ ਹੈ ਮਤੇ ਕਿਸੇ ਦੇ ਦਿਲ ਚ ਕੋਈ ਹੋਵੇਗੀ ਜੀ ਆ ਰਿਹਾ ਹੈ ਡੀਲ ਹੋ ਰਹੀ ਹੈ 트럼ਪ ਨੇ ਆ ਜਾਣਾ ਹੈ ਫਲਾਣੇ ਨੇ ਆ ਜਾਣਾ ਹੈ ਉਰਲੇ ਨੇ ਆ ਜਾਣਾ ਹੈ 트럼ਪ ਦਾ ਅੱਬਾ ਵੀ ਆ ਜਾ ਤੇ ਇਹ ਨਹੀਂ ਛੱਡਦੇ ਇਹ ਮੈਂ ਤੁਹਾਨੂੰ ਦੱਸ ਰਿਹਾ ਇਹ ਹਾਫਿਜ਼ ਸਾਹਿਬ ਕੋਲ 2 ਸਾਲ ਅੱਗੋਂ ਫਿਰ ਆ ਗਏ 2 ਸਾਲ ਫਿਰ ਹਾਫਿਜ਼ ਆ ਗਏ ਠੀਕ ਹੋ ਗਿਆ ਨਾ ਤੇ ਆਫਸ ਕਹਿੰਦਾ ਮੈਂ ਉਹ ਮੋਰਾ ਹੀ ਬੰਦ ਕਰ ਦੇਣਾ ਜਿੱਥੇ ਖਾਤਾ ਨਿਕਲਦਾ ਤੇ ਬਸ ਗੱਲ ਖਤਮ ਹੋ ਗਈ 25 ਸਾਲ ਯਾਦ ਰੱਖਣਾ ਜੂ ਥੀਓ ਅੱਛਾ ਅੱਗੇ ਜਨਾਬ ਆ ਜੋ ਪੀਰਨੀ ਅਦਾਲਤ ਦੇ ਵਿੱਚ ਲੇਟ ਗਿਆ ਪੀਰਨੀ ਜਿਹੜੀ ਹੈ ਇਹਨੇ ਬੜਾ ਅਜੀਬੋ ਗਰੀਬ ਕਿਸਮ ਦਾ ਮਾਮਲਾ ਜਿਹੜਾ ਹੈ ਇਹ ਖਿੱਚਿਆ ਇਹ ਹੁਣ ਪੀਰਨੀ ਅਦਾਲਤ ਦੇ ਵਿੱਚ ਜਮਾ ਹੁੰਦੀ ਹੈ ਦਾਖਲ ਹੁੰਦੀ ਹੈ ਹਾਜ਼ਰ ਹੁੰਦੀ ਹੈ ਉੱਥੇ ਹੁਣ ਉਹ 126 ਮਿਲੀਅਨ ਆਪਣਾ ਪਾਉਂਡ ਅਲ ਕਾਦਰ ਟਰਸਟ ਵਾਲਾ ਕੇਸ ਹੈ ਜਿਹੜਾ ਆਖਰੀ ਮਰਾਹਲ ਦੇ ਉੱਤੇ ਹੈ ਜਿਹੜਾ ਅਗਾ ਨਹੀਂ ਟੁੱਟਦਾ ਪਿਆ ਹੈ ਪੰਜਾਂ ਮਿੰਟਾਂ ਦੀ ਗੇਮ ਤੇ ਸਜ਼ਾ ਹੋਣੀ ਹੈ 10-15 ਸਾਲ ਇਹਨਾਂ ਦੋਹਾਂ ਨੂੰ ਇਸ ਜੋੜੇ ਨੂੰ ਉੱਥੇ ਜਨਾਬ ਅਦਾਲਤ ਦੇ ਵਿੱਚ ਜਾਂਦੀ ਹੈ ਅਦਾਲਤ ਜਾ ਕੇ ਰੋ ਪੈਂਦੀ ਹੈ ਪਿੱਟਣ ਲੱਗ ਜਾਂਦੀ ਹੈ ਉਹ ਤੁਹਾਨੂੰ ਦੱਸਿਆ ਸੀ ਨਾ ਪਿਛਲੀ ਵੀਡੀਓ ਦੇ ਵਿੱਚ ਵੀ ਕਪੜੇ ਛਪੜੇ ਵੀ ਲਾਏ ਤੇ ਜੱਜ ਨੇ ਕਿਹਾ ਯਾਰ ਕਪੜੇ ਤੇ ਪਾ ਬਾਕੀ ਫਿਰ ਕੁੜੀਆਂ ਡਿੱਗੀਆਂ ਨਸ਼ੇ ਦੀਆਂ ਉਹ ਨਾ ਚੁੱਕ ਚੁੱਕ ਕੇ ਪੁਲਿਸ ਵਾਲਿਆਂ ਫੜ ਲਈ ਅੱਛਾ ਜਾਨੂ ਦਾ ਖਿਆਲ ਬੜਾ ਕਰਦੀ ਰਹਿੰਦੀ ਗੰਡਾਪੁਰ ਦੇ ਨਾਲ ਤੇ ਜਾਨੂ ਨੂੰ ਚਿੱਟਾ ਪਹੁੰਚਾਉਂਦੀ ਹੈ ਮਤਲਬ ਕਿ ਇੱਕ ਟਿਕਟ ਤੇ ਦੋ ਸ਼ੋਪੀਰ ਨਹੀਂ ਲੈ ਰਹੀ ਤੂੰ ਅੱਛਾ ਜੀ ਇਹ ਜਨਾਬ ਉੱਥੇ ਕੇ ਰੋਣ ਲੱਗ ਪੈਂਦੀ ਹੈ ਪਿੱਟਣ ਜਿਵੇਂ ਬੀਬੀਆਂ ਵੈਣ ਨਹੀਂ ਕਰਦੀਆਂ ਪਿੰਨਾ ਥਾਵਾਂ ਤੇ ਕਿਸੇ ਮਹੱਲੇ 'ਚ ਕੋਈ ਫੌਤਗੀ ਹੋ ਜਾਏ ਤੇ ਐਵੇਂ ਬੀਬੀਆਂ ਜਿਹੜੀਆਂ ਜਾਗਤ ਜਫਾ ਪਾਗਤ ਐਵੇਂ ਰੋਣ ਲੱਗ ਪੈਂਦੀਆਂ ਨਾਲੇ ਕਿ ਅਥਰੂ ਛਤਰੂ ਬੀਬੀਆਂ ਦੇ ਕੋਈ ਨਹੀਂ ਡਿੱਗਦੇ ਮੈਂ ਕਈ ਵਾਰੀ ਵੇਖੀਆਂ ਫੌਤਗੀਆਂ ਤੇ ਅੰਸੂਸ ਕੋਈ ਨਹੀਂ ਵੀ ਡਿੱਗਦਾ ਐਵੇਂ ਬਾਗਾਂ ਡੀ ਜਾਂਦੀਆਂ ਨੇ ਬਰਾ ਵਜੇ ਹੀ ਮਤਲਬ ਕਿ ਮੇਰੀ ਜਰਾ ਯਾਰੀ ਪੱਕੀ ਹੋ ਜਾਏ ਐ ਮਾਈਨਰ ਅੱਛਾ ਇਹ ਹੁਣ ਸਰਕਾਰ ਆਮ ਮਾਫੀ ਜਿਹੜੀ ਹੈ ਇਹ ਆਂਦੀ ਹੈ ਮੈਨੂੰ ਆਮ ਮਾਫੀ ਚਾਹੀਦੀ ਹੈ ਤਾਂ ਸਾਰੇ ਮੁਕਦਮੇ ਖਤਮ ਕਰੋ ਨਾਲ ਰੋ ਰਹੀ ਏ ਨਾਲ ਰੋ ਰਹੀ ਏ ਸਾਰੇ ਮੁਕਦਮੇ ਖਤਮ ਕਰੋ ਐ ਐ ਆ ਮਾਫੀ ਦਾ ਇਲਾਨ ਕਰਦੇ ਹੋ ਮੈਂ ਮਾਸੂਮ ਆ ਐ ਮੇਰੇ ਸਾਰੇ ਵਕੀਲ ਨਕਮ ਨੇ ਸਾਡੇ ਵਕੀਲ ਬਿਲਕੁਲ ਫਾਰਗ ਨੇ ਉਹ ਧਿਆਨ ਨਹੀਂ ਦਿੰਦੇ ਉਹ ਤਵੱਜੋ ਨਹੀਂ ਦਿੰਦੇ ਐ ਤੇ ਤੇ ਮਾਈ ਉਹਨਾਂ ਨੇ ਫੀਸ ਦੇਂਗੀ ਤੇ ਤਵੱਜੋ ਦੇਣਗੇ ਨਾ ਤੇ ਜੇ ਨੀਰਾ ਲਾਰਿਆਂ ਲਪਿਆਂ ਚ ਰੱਖਿਆ ਹੋਵੇਗਾ ਤੇ ਵਕੀਲ ਨੇ ਕੀ ਕਰਨਾ ਸੁੱਤਿਆਂ ਵੀ ਨਹੀਂ ਉੱਠਣਾ ਫੀਸ ਨਹੀਂ ਲਬਣੀ ਤੇ ਉਹਨੇ ਕੀ ਕਰਨ ਤੂੰ ਤੇ ਮਤਲਬ ਉਹਨੂੰ ਸਿਰਫ ਮਤਲਬ ਕਿ ਮਿਲਮਲਈਆ ਜੀ ਰੱਖਿਆ ਨਾ ਮਿਲਮਲਈਆ ਸਮਝ ਜੋ ਨਾ ਬਜੇਵੇਂ ਹੁੰਦਾ ਵੇ ਐਵੇਂ ਹੱਥ ਪੱਲਾ ਆਇਆ ਜੱਫ ਗੜਫੀ ਅੱਛਾ ਉਹ ਜਫੀ ਛੱਪੀ ਯਾਰ ਅੱਛਾ ਇਹ ਜੱਜ ਸਾਹਿਬ ਰਹਿਮ ਦੀ ਅਪੀਲ ਕਰਦੀ ਹਾਂ ਮੈਨੂੰ ਮaaf ਕਰ ਦਿੱਤਾ ਜਾਏ ਐ ਅਗਰ ਤੁਸੀਂ ਮੈਨੂੰ ਮaaf ਨਹੀਂ ਕਰ ਸਕਦੇ ਅਗਰ ਇਹ ਇਹ ਨਿਜ਼ਾਮ ਜਿਹੜਾ ਐਡਾ ਜ਼ਾਲਮ ਹੈ ਤੇ ਮੈਂ ਆਪਣਾ ਕੰਬਲ ਨਾਲ ਲੈ ਕੇ ਆਈ ਆਂ ਆਂਦੀ ਐ ਮੈਂ ਜੱਜ ਨੂੰ ਕਹਿੰਦੀ ਆ ਮੈਂ ਆਪਣਾ ਕੰਬਲ ਨਾਲ ਲੈ ਕੇ ਆਈ ਆਂ ਤੇ ਮੈਨੂੰ ਜੇਲ ਦੇ ਅੰਦਰ ਵਾੜ ਦਿਓ ਅਗਰ ਤੂੰ ਸੰਮਨ ਤੇ ਰਹਿਮ ਨਹੀਂ ਖਾਣਾ ਮੈਨੂੰ ਸਾਰੇ ਮਕਦਮਿਆਂ ਦੇ ਵਿੱਚੋਂ ਫਾਰਗ ਨਹੀਂ ਕਰਨਾ ਬਰੀ ਨਹੀਂ ਕਰਨਾ ਤੇ ਮੈਂ ਕੰਬਲ ਨਾਲ ਲੈ ਕੇ ਆਇਆ ਤੇ ਮੈਨੂੰ ਜੇਲ੍ਹ ਚ ਵੜ ਦਿਆ ਹੁਣ ਠੀਕ ਜੀ ਕਦੀ ਇੰਜ ਕਿਸੇ ਮੁਲਜ਼ਮ ਨੇ ਕਦੀ ਕੀਤਾ ਅੱਛਾ ਇਹ ਹੁਣ ਮਾਈ ਜਿਹੜੀ ਹੈ ਫਰਾਡਣ ਦੋ ਨੰਬਰ ਮਗਰਮਚ ਦੇ ਅੰਸੂਏਸਰ ਹੋਏ ਨੇ ਅਰਬਾਂ ਰੁਪਏ ਦੀ ਕਰਪਸ਼ਨ ਇਹਨੇ ਕੀਤੀ ਹੈ ਐ ਔਰ ਉਸ ਤੋਂ ਬਾਅਦ ਪੰਜ ਤਰੀ ਬੱਚੇ ਨੇ ਭਲੀ ਵੀ ਚੜਾਏ ਸੀ ਨਿਕਨੇ ਕੇ ਬਾਹਰ ਉਥੋਂ ਕਸ਼ਾਨਾਂ ਤੋਂ ਇਕੱਠੇ ਕਰਕੇ ਤੇ ਜਾ ਕੇ ਜਾਦੂ ਟੂਣੇ ਦੇ ਵਿੱਚ ਉਹਨਾਂ ਨੂੰ ਸਾੜ ਕੇ ਤੇ ਉਹਨਾਂ ਦਾ ਦਲੀਆ ਬਣਾ ਕੇ ਖਾਦਾ ਸਾਸੂ ਇਹ ਇਹ ਮਮਕਨ ਨਹੀਂ ਹੋ ਸਕਦਾ ਕਿ ਜੱਜ ਜਿਹੜਾ ਕਿਸੇ ਦੇ ਅੰਸੂ ਉਹਦੇ ਸਾਹਮਣੇ ਜੱਜ ਦੇ ਸਾਹਮਣੇ ਕੋਈ ਮੁਜਰਮ ਰੋਏ ਤੇ ਜੱਜ ਜਿਹੜਾ ਉਹ ਇਡਾ ਕਮਜ਼ੋਰ ਪੈ ਜਾਏ ਔਰ ਉਸ ਤੋਂ ਬਾਅਦ ਕਹੇ ਹਾਂ ਹਾਂ ਬਿਲਕੁਲ ਮੈਂ ਤੇ ਤਤਰਸ ਆ ਗਿਆ ਮੈਂ ਤੈਨੂੰ ਆਮ ਮਾਫੀ ਦਾ ਐਲਾਨ ਕਰਨਾ ਆਮ ਮਾਫੀ ਤੇ ਤੈਨੂੰ ਦੇਣੀ ਹੈ ਨਿਵਾਜ਼ ਸ਼ਰੀਫ ਨੇ ਜਾਂ ਵਜ਼ੀਰ ਆਜ਼ਮ ਨੇ ਜਾਂ ਸਦਰ ਪਾਕਿਸਤਾਨ ਨੇ ਉਹਨਾਂ ਕੋਲ ਜਾ ਕੇ ਆਮ ਮਾਫੀ ਮੰਗੇ ਜੱਜ ਨੇ ਤੈਨੂੰ ਕੀ ਆਮ ਮਾਫੀ ਦੇਣੀ ਜੱਜ ਨੇ ਤੇ ਫੈਸਲਾ ਕਰਨਾ ਕੇਸ ਦਾ ਤੇ ਇਹ ਮੁਕਦਮ ਇਨੂੰ ਪਤਾ ਲੱਗ ਗਿਆ ਕਿ ਅਲਕਾਦਰ ਟਰਸਟ 'ਚ ਸਜ਼ਾ ਹੋਣ ਵਾਲੀ ਹੈ ਤੇ ਇਹ ਇਸ ਤਰ੍ਹਾਂ ਦੇ ਡਰਾਮੇ ਜਿਹੜੇ ਨੇ ਇਹ ਕਰ ਰਹੀਏ ਇਹ ਡਰਾਮੇ ਕੰਮ ਨਹੀਂ ਆਣੇ ਪੀਰਨੀ ਹੈ ਤੇ ਸਜ਼ਾ ਤੇਨੂੰ ਹੋ ਚੱਲੀ ਹੈ ਤੇ ਤੂੰ ਇਹਦੇ ਤੋਂ ਬਚ ਨਹੀਂ ਸਕਦੀ ਤੇ ਤੇਰੇ ਤੇਰਾ ਜਿਹੜਾ ਜਾਨੂ ਹੈ ਜਾਨੂ ਨੰਬਰ 1 ਉਹਨੂੰ 25 ਸਾਲ ਸਜ਼ਾ ਜਿਹੜੀ ਆ ਉਹ ਹੋਣੀ ਹੈ ਤੇ ਤੂੰ ਗੰਡਾਪੁਰ ਨਾਲ ਦੀ ਟਿਚ ਬਟਨਾ ਦੀ ਜੋੜੀ ਬਣ ਕੇ ਰਹਿ ਅੱਗੇ ਜਨਾਬ ਤੁਸੀਂ ਆ ਜੋ ਮਰੀਮ ਨਵਾਜ਼ ਸ਼ਰੀਫ ਸਾਹਿਬਾ ਬਿਮਾਰ ਤੇ ਹਸਪਤਾਲ ਦਾਖਲ ਇਹ ਜਨਾਬ ਖਬਰ ਆਉਂਦੀ ਹੈ ਕਿ ਮਰੀਮ ਸਾਹਿਬਾ ਦਾ ਗਲਾ ਜਿਹੜਾ ਖਰਾਬ ਹੋ ਜਾਂਦਾ ਔਰ ਬੁਹਾਰ ਵਗੈਰਾ ਤੇ ਹਸਪਤਾਲ ਜਿਹੜਾ ਸ਼ਰੀਫ ਮੈਡੀਕਲ ਕੰਪਲੈਕਸ ਉਹਦੇ ਵਿੱਚ ਹੋ ਜਾਂਦੇ ਨੇ ਐਡਮਿਟ ਤੇ ਆਖਰੀ ਇਤਲਾ ਤੱਕ ਤਬੀਤ ਉਹਨਾਂ ਦੀ ਕੁਝ ਬਿਹਤਰ ਹੈ ਬੁਖਾਰ ਔਰ ਨਜ਼ਲਾ ਜ਼ੁਕਾਮ ਔਰ ਗਲਾ ਖਰਾਬ ਹੈ ਕਿਉਂਕਿ ਉਹਨਾਂ ਨੂੰ ਗਲੇ ਦਾ ਵੀ ਟਮਸਲਾ ਐ ਤੇ ਉਹ ਮੇਰੇ ਖਿਆਲ ਨਾਲ ਉਹਦਾ ਚੈੱਕਅਪ ਕਰਾਣੀ ਉਹਨਾਂ ਲੰਡਨ ਜਾਣਾ ਸੀ ਅਗਲੇ ਹਫਤੇ ਐ ਜਿਹੜਾ ਕਿ ਉਹਨਾਂ ਦਾ ਪਲਾਨ ਸੀ ਤੇ ਅੱਲਾਪਾਕ ਮਰੀਮ ਨਵਾਜ਼ ਸ਼ਰੀਫ ਸਾਹਿਬਾ ਨੂੰ ਸੇ ਤੰਦਰੁਸਤੀ ਦੇ 24 ਘੰਟੇ ਵਿਚਾਰੀ ਕੰਮ ਕਰਦੀ ਹੈ ਪੰਜ ਦੌੜ ਕਰ ਰਹੀ ਹੈ ਹਰ ਰੋਜ਼ ਨਵੇਂ ਮਨਸੂਬੇ ਆਪਣੇ ਪੰਜਾਬ ਦੀ ਆਵਾਮ ਵਾਸਤੇ ਆਵਾਮ ਦੀ ਜ਼ਿੰਦਗੀਆਂ ਆਸਾਨ ਕਰਨ ਵਾਸਤੇ ਤੇ ਟੇਰ ਸਾਰੀਆਂ ਦੁਆਵਾਂ ਮਰੀਮ ਨਵਾਜ਼ شریف ਸਾਹਿਬਾ ਤੁਹਾਡੀ ਸਿਹਤ ਵਾਸਤੇ ਤੰਦਰੁਸਤੀ ਵਾਸਤੇ ਤੇ ਇਹ ਅੱਲਾਹ ਭਾਗ ਤੁਹਾਨੂੰ ਜਲਦੀ ਜਲਦੀ ਸਿਹਤ ਯਾਬ ਕਰੇ ਔਰ ਆਵਾਮ ਦੀ ਖਿਦਮਤ ਤੇ ਤੁਸੀਂ ਦੁਬਾਰਾ ਲੱਗ ਜਾਓ ਤੇ ਪਾਰਲੀਮੈਂਟ ਨੇ ਖੜਾਕ ਕਰ ਦਿੱਤਾ ਸਾਰਾ ਕੌਸ਼ਿਸ਼ ਖਤਮ ਬਹੁਤ ਸ਼ੁਕਰੀਆ